खुशी के मौके पर मैंने एक ऐसे शख्स को यहाँ पर दावत दी है जो हंसा हंसा के आपको जलील कर देगा। डॉक्टर को क्या डॉक्टर साहब दाड़ कट लोगे जुगत करन दा एडा ही शौक दा ते सालिया ढोलकी आला अपना लिया ओ मैं उन्हूं तनखाह दित्ती है तू उन्हूं भेज दिया भजा भजा घर आया ते बेबे नूं कहिंदी मैं किथे सह तेरी भैन दौड़ गई अगो कहिंदा और करो पैप्सी बैठा दी परेशान ना हो तुम अम्मी वाली ढोलकी ले आओ बेटा किराए ते गई एदी बेबे ने इनू कहा पखा ते हौला कर इने ओदे पार लाते निकी जी गल दे आ ओ भी पाना दे दिल दिया लगी भाई जी मैंने कुछ ना कहना क्यों मेरे नाल फैमिली है पागल कहती बैठक च पा मैं आनी एदी भैन डाकू चुक के ला गए ਇਹਦੀ ਭੈਣ ਨੂੰ ਡਾਕੂ ਚੁੱਕ ਕੇ ਲੈ ਗਏ ਤੈਨੂੰ ਇਸ ਗੱਲ ਦੀ ਗੈਰਤ ਨਹੀਂ ਆ ਰਹੀ ਮੈਂ ਅਗਲੀ ਕਿਉਂ ਦੱਸਾਂ ਦਿਲ ਦੀਆਂ ਲੱਗੀਆਂ ਜਾ ਤੇਰੀ ਮਾਂ ਦੀਆਂ ਲੱਗੀਆਂ ਦਿਹਾੜੀਆਂ ਇਸ ਤਰ੍ਹਾਂ ਨਹੀਂ ਕਹਿੰਦਾ ਵਾਈ ਯੂ ਲਾਫਿੰਗ ਮੈਨ ਓਏ ਮੇਰੇ ਕੰਨ 'ਚ ਕਹਿ ਰਹੀ ਹੈ
ਜੇ ਤੇਰੇ ਪਿਓ ਦੀ ਪਿੱਛੋਂ ਦੋਤੀ ਚੁੱਕੀ ਹੈ ਤਾਂ ਸੁਪਰਮੈਨ ਲੱਗੇ। ਬਾਥਰੂਮ ਚਲ ਜਾਏ, ਇੱਥੇ ਬਹਿ ਕੇ ਮਿਸਕਾਲਾਂ ਮਾਰਨ ਡਿਆ। ਕੱਖ ਵੀ ਨਹੀਂ ਆਉਂਦੀ, ਆ ਵਧਾਉਂਦਾ ਇਹਦਾ ਮੂੰਹ ਦੁਆ ਲਈ ਮਰ ਜਾ। ਤੁਹਾਡੀ ਟੋਲਕੀ ਸਾਈ ਨੇ ਵਜਾਤੀ। ਹੈਲੋ ਜਾਨ, ਇੱਕ ਛੋਟਾ ਜਿਹਾ ਮਸ਼ਵਰਾ ਲੈਣਾ ਸੀ ਤੁਹਾਡੇ ਕੋਲੋਂ। ਕਾਹਦਾ? ਸੁਣਿਆ ਕੁਕਿੰਗ ਤੁਸੀਂ ਬੜੀ ਅੱਛੀ ਕਰ ਲੈਂਦੇ ਹੋ। ਹਾਂ, ਵੱਡੇ ਗੋਸ਼ਤ 'ਚ ਛੋਟਾ ਗੋਸ਼ਤ ਪਾ ਦਈਏ, ਕਿੰਨੀ ਦੇਰ 'ਚ ਕਰ ਜਾਏਗਾ? ਉਹ ਮੈਂ ਆਪਾਂ ਜ਼ੁਬੈਦਾ ਦਾ ਮੁੰਡਾ। ਆਪਣੇ ਮਾਂ ਬਾਪ ਕੇ ਹਾਲਤ ਜਾਨਣਾ ਚਾਹਤੀ ਹੈ। ਜਾਏ ਮੈਨੂੰ ਕੀ? ਅਗਰ ਉਹ ਚਲੀ ਜਾਏ ਤਾਂ ਕੁਛ ਦਿਨ ਮੇਰੇ ਸਾਥ ਮੈਨੇਜ ਕਰੋਗੇ? ਘਰ ਕੇ ਮਾਮਲਾ ਸੰਭਾਲ ਲੋਗੇ ਨਾ? ਟੋਟਲੀ ਡਾਕਟਰ ਹੈ ਜਿਹੜਾ ਇਹਨੂੰ ਠੀਕ ਕਰਦੇ।